ਦਿੱਲੀ ਦੇ ਵਿੱਚ ਜੋ ਕਰੋਨਾ ਦੇ ਹਾਲ ਨੇ ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਔਰ ਜੋ ਇੱਥੇ ਹਾਲਤ ਇਸ ਟਾਈਮ ਹੋ ਰਹੀ ਆ ਹਸਪੀਟਲ ਜਿੱਥੇ ਬੈੱਡ ਨਹੀਂ ਮਿਲਦੇ ਆਕਸੀਜਨ ਦੀ ਅਵੇਲੇਬਿਲਟੀ ਨਹੀਂ ਹੈ ਤਾਂ ਇਹ ਜੇ ਟਾਈਮ ਦੇ ਉੱਤੇ ਨਾ ਇਹ ਬਹੁਤ ਹੀ ਜ਼ਿਆਦਾ ਇਹ ਜ਼ਰੂਰੀ ਹੋ ਜਾਂਦਾ ਕਿ ਕਿਸੇ ਦੀ ਮਦਦ ਕੀਤੀ ਜਾਵੇ ਜੇ ਉਹ ਹਸਪੀਟਲ ਦਾ ਬੈੱਡ ਨਹੀਂ ਮਿਲਦਾ ਆਕਸੀਜਨ ਦਾ ਕੋਈ ਸਾਧਨ ਨਹੀਂ ਮਿਲਦਾ ਤੇ ਜਦਨ ਪੇਸ਼ਲ ਸਟਾਰਟ ਗੈਸਪਿੰਗ ਫਾਰ ਦਾ ਆਕਸੀਜਨ ਉਹਦਾ ਬਰਾਹਲ ਹੋ ਜਾਂਦਾ ਜਿੰਨੀ ਦੇਰ ਹਸਪੀਟਲ ਦਾ ਬੈਟ ਨੇ ਅਰੇਂਜ ਹੁੰਦਾ ਉਨੀ ਦੇਰ ਵੀ ਉਹਨੂੰ ਉਸ ਉਥੇ ਜਿਉਂਦਾ ਰੱਖਣਾ ਬੜਾ ਮੁਸ਼ਕਲ ਹੋ ਜਾਂਦਾ ਖਾਲਸਾ 8 ਨੇ ਜੋ ਕਨਸੈਂਟਰੇਟਰ ਅਰੇਂਜ ਕੀਤੇ ਨੇ ਤਕਰੀਬਨ 200 ਕਨਸੈਂਟਰੇਟਰ ਉਹਨਾਂ ਨੇ ਇਥੋਂ ਇੰਡੀਆ ਚੋਂ ਹੀ ਅਰੇਂਜ ਕਰਕੇ ਇੱਥੇ ਲੋਕਾਂ ਨੂੰ ਪ੍ਰੋਵਾਈਡ ਕੀਤੇ ਆ ਦਿੱਤੇ ਆ ਦਿੱਲੀ ਦੇ ਵਿੱਚ ਜੋ ਕਰੋਨਾ ਦੇ ਹਾਲ ਨੇ ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਔਰ ਜੋ ਇੱਥੇ ਹਾਲਤ ਇਸ ਟਾਈਮ ਹੋ ਰਹੀ ਆ ਹਸਪੀਟਲ ਦੇ ਡਿਪਾਰਟਮੈਂਟ ਵਿੱਚ ਦੇ ਆਕਸੀਜਨ ਦੀ ਅਵੇਲੇਬਿਲਟੀ ਨਹੀਂ ਹੈ ਤਾਂ ਇਹ ਜੇ ਟਾਈਮ ਦੇ ਉੱਤੇ ਨਾ ਇਹ ਬਹੁਤ ਹੀ ਜ਼ਿਆਦਾ ਇਹ ਜ਼ਰੂਰੀ ਹੋ ਜਾਂਦਾ ਕਿ ਕਿਸੇ ਦੀ ਮਦਦ ਕੀਤੀ ਜਾਵੇ ਦੇਖੋ ਇਸ ਟਾਈਮ ਦੇ ਉੱਤੇ ਖਾਲਸਾ ਕੌਮ ਸਾਰੀ ਬੜੇ ਅੱਗੇ ਵੱਸ ਚੜ ਕੇ ਕੰਮ ਕਰ ਰਹੀ ਆ ਔਰ ਇੱਥੇ ਹੁਣ ਜਦੋਂ ਆਕਸੀਜਨ ਨਹੀਂ ਮਿਲਦੀ ਆਕਸੀਜਨ ਦੇ ਸਟੈਂਡਰ ਨਹੀਂ ਮਿਲਦੇ ਤੇ ਹਸਪੀਟਲ ਚ ਬੈੱਡ ਨਹੀਂ ਮਿਲਦਾ ਤਾਂ ਇਸ ਵੇਲੇ ਇੱਕ ਬਹੁਤ ਜੋ ਜ਼ਰੂਰੀ ਹੈ ਉਹ ਹੈ ਆਕਸੀਜਨ ਕਨਸੈਂਟਰੇਟਰ ਇੱਕ ਆਕਸੀਜਨ ਕਨਸੈਂਟਰੇਟਰ ਹੁੰਦਾ ਜੋ ਤੁਸੀਂ ਪਲੱਗ ਕਰ ਦਿਓ ਇਹਦੇ ਤੇ ਬਿਜਲੀ ਤੇ ਪਲੱਗ ਕਰ ਦਿਓ ਉਹ ਐਟਮੋਸਫੀਅਰ ਤੋਂ ਕਿਉਂਕਿ ਐਟਮੋਸਫੀਅਰ ਦੇ ਵਿੱਚ ਦੇਖੋ 21% ਦਾ ਆਕਸੀਜਨ ਹੁੰਦੀ ਹੈ ਉਹ ਐਟਮੋਸਫੇਅਰ ਤੋਂ ਆਕਸੀਜਨ ਖਿੱਚਦਾ ਖਿੱਚ ਕੇ ਕਨਸੈਂਟਰੇਟ ਕਰਕੇ ਉਹ ਅੱਗੇ ਨੋਜ਼ ਦੇ ਉੱਤੇ ਲਗਾ ਕੇ ਉਹ ਬੰਦੇ ਨੂੰ ਕਨਸੈਂਟ੍ਰੇਟਡ ਆਕਸੀਜਨ ਦਿੰਦਾ ਤੇ ਉਹ ਬਹੁਤ ਹੀ ਜ਼ਿਆਦਾ ਇਸ ਟਾਈਮ ਕੰਮ ਆ ਰਿਹਾ ਬਹੁਤ ਹੀ ਜ਼ਿਆਦਾ ਖਾਸ ਕਰਕੇ ਉਹ ਇਹ ਤਕਰੀਬਨ 75 ਜਿਨ੍ਹਾਂ ਦਾ ਆਕਸੀਜਨ ਦਾ ਲੈਵਲ ਆ ਜਾਂਦਾ 75 ਦੇ ਆਕਸੀਜਨ ਲੈਵਲ ਤੱਕ ਵੀ ਉਹ ਕੰਮ ਕਰ ਦਿੰਦਾ ਆ ਹੁਣ ਅੱਜਕੱਲ ਡਾਕਟਰ ਕੀ ਕਹ ਰਹੇ ਨੇ ਕਿ ਜੇ ਤੁਹਾਡੀ 92 93 ਤੋਂ ਥੱਲੇ ਆਕਸੀਜਨ ਦਾ ਲੈਵਲ ਆ ਗਿਆ ਤਾਂ ਹਸਪੀਟਲ ਰਿਭਟ ਹੋਣ ਦੀ ਲੋੜ ਪੈਂਦਾ ਪਰ ਜਿਹਨਾਂ ਦਾ ਹੁਣ 90% ਦਾ ਲੈਵਲ ਆ ਗਿਆ ਉਹਨਾਂ ਨੂੰ ਪੂਰੀ ਜ਼ਰੂਰਤ ਤੇ ਜਲਦੀ ਤੋਂ ਜਲਦੀ ਹਸਪੀਟਲ ਦੇ ਵਿੱਚ ਜਾਇਆ ਜਾਵੇ ਜਾਂ ਆਕਸੀਜਨ ਦਿੱਤੀ ਜਾਵੇ ਜੇ ਉਹ ਹਸਪੀਟਲ ਦਾ ਬੈੱਡ ਨਹੀਂ ਮਿਲਦਾ ਆਕਸੀਜਨ ਦਾ ਕੋਈ ਸਾਧਨ ਨਹੀਂ ਮਿਲਦਾ ਤੇ ਦਿਨ ਪਰਸਨ 스타ਟ ਗੈਸਪਿੰਗ ਫਾਰ ਦਾ ਆਕਸੀਜਨ ਉਹਦਾ ਬਰਾ ਹਾਲ ਹੋ ਜਾਂਦਾ ਜਿੰਨੀ ਦੇ ਹਸਪੀਟਲ ਦਾ ਬੈੱਡ ਨਹੀਂ ਅਰੇਂਜ ਹੁੰਦਾ ਉਨੀ دیر ਵੀ ਉਹਨੂੰ ਉਸ ਉੱਥੇ ਜਿਉਂਦਾ ਰੱਖਣਾ ਬੜਾ ਮੁਸ਼ਕਲ ਹੋ ਜਾਂਦਾ ਇਸ ਮੌਕੇ ਦੇ ਉੱਤੇ ਫਿਰ ਅ ਸੇਕੋ ਸਾਰੀਆਂ ਜੋ ਸਿੱਖਾਂ ਦੀਆਂ ਸੰਸਥਾ ਸਾਰੀਆਂ ਕੰਮ ਕਰ ਰਹੀਆਂ ਖਾਲਸਾ 8 ਵੀ ਇਹ ਕੰਮ ਕਰ ਰਹੀ ਹੈ ਖਾਲਸਾ 8 ਨੇ ਜੋ ਕਨਸਨਟ੍ਰੇਟਰ ਅਰੇਂਜ ਕੀਤੇ ਨੇ ਤਕਰੀਬਨ 200 ਕਨਸਨਟ੍ਰੇਟਰ ਉਹਨਾਂ ਨੇ ਇਥੋਂ ਇੰਡੀਆ ਚੋਂ ਹੀ ਅਰੇਂਜ ਕਰਕੇ ਇੱਥੇ ਲੋਕਾਂ ਨੂੰ ਪ੍ਰੋਵਾਈਡ ਕੀਤੇ ਆ ਦਿੱਤੇ ਆ ਮੇਰੇ ਸਾਡੇ ਦਿੱਲੀ ਹਾਈ ਕੋਰਟ ਦੇ ਇੱਕ ਕੋਰਟ ਮਾਸਟਰ ਜੋ ਕੋਰਟ ਮਾਸਟਰ ਚਾਚੇ ਦੇ ਅੱਗੇ ਨਾਲ ਹੁੰਦਾ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਜੀ ਸਾਡਾ ਇੱਕ ਕੁਲੀਗ ਆ ਤੇ ਉਹ ਨੂੰ ਜਰੂਰਤਾ ਉਹਦੀ ਆਕਸੀਜਨ ਲੈਵਲ ਬੜਾ ਡਾਊਨ ਆ ਗਿਆ ਤੇ ਬੈਟ ਦਾ ਇੰਸਟਾਲਮ ਨਹੀਂ ਹੋ ਰਿਹਾ ਤੁਸੀਂ ਪਲੀਜ਼ ਕੋਈ ਆਕਸੀਜਨ ਕਨਸੈਂਟਰੇਟਰ ਕੋ ਤੋਂ ਅਰੇਂਜ ਕਰ ਦਿਓ ਖਾਲਸਾ ਹੈਡਵਾਲਾ ਨੂੰ ਕਹਿ ਕੇ ਮੈਂ ਉਹ ਇੱਕ ਆਕਸੀਜਨ ਕਨਸੈਂਟਰੇਟਰ ਅਰੇਂਜ ਕਰਾ ਕੇ ਦਿੱਤਾ ਕਿ ਜਿਸ ਤਿਸ ਨੂੰ ਜ਼ਰੂਰਤ ਹੋएगी ਅੱਗੇ ਇਹ ਸਰਕੂਲੇਟ ਹੁੰਦਾ ਰਹੇ ਉਹਨੂੰ 2 ਦਿਨ ਬਾਅਦ 2 ਦਿਨ ਉਸ ਦਾ ਕੰਮ ਉਹਦੇ ਨਾਲ ਚੱਲਿਆ ਉਹਨੇ ਉਹਨੂੰ ਬਚਾ ਕੇ ਰੱਖਿਆ ਉਹ ਆਕਸੀਜਨ ਕਨਸੈਂਟਰੇਟਰ ਨੇ ਉਹ 5 ਕਿਲੋ ਦਾ ਸੀ ਜੋ 5 ਲੀਟਰ ਦਾ ਆਕਸੀਜਨ ਕਨਸੈਂਟਰੇਟਰ ਸੀ ਉਸ ਤੋਂ ਮਗਰੋਂ ਉਹਨੂੰ ਹਸਪਤਾਲ ਦਾ ਬੈੱਡ ਮਿਲ ਗਿਆ ਤਾਂ ਫਿਰ ਇੱਕ ਹੋਰ ਕੋਰਟ ਦੇ ਸਟਾਫ ਦੇ ਇੱਕ ਹੋਰ ਕੋਰਟ ਮਾਸਟਰ ਸੀ ਉਸ ਦਾ ਬੁਰਾ ਹਾਲ ਸੀ ਅਜੇ ਹਸਪਤਾਲ 'ਚ ਬੈੱਡ ਨਹੀਂ ਸੀ ਮਿਲ ਰਿਹਾ ਤਾਂ ਫਿਰ ਉਹ ਉਹਨੂੰ ਪਹਚਾਇਆ ਉਹਦੇ 2-3 ਦਿਨ ਉਹਦੇ ਕੋਲ ਰਿਹਾ ਉਸ ਤੋਂ ਮਗਰੋਂ ਉਹਨੂੰ ਵੀ ਹਸਪਤਾਲ ਦਾ ਜੋ ਬੈੱਡ ਮਿਲ ਗਿਆ ਤੇ ਉਹਦੀ ਪੀਸ਼ੇਸ ਸਟੇਬਲ ਹੋ ਗਈ ਤੇ ਇਹ ਪਰਸੋਂ ਇੱਕ ਐਡਵੋਕੇਟ ਨੇ ਉਹਦੇ ਫਾਦਰ ਦਾ ਬਹੁਤ ਬੁਰਾ ਹਾਲ ਹੋ ਗਿਆ ਇੱਕਦਮ ਉਸਕੀ ਉਸਕੀ ਆਕਸੀਜਨ ਲੈਵਲ ਥੱਲੇ ਆ ਗਿਆ ਤੇ ਹੁਣ ਉਹਨੂੰ ਉਹਨੂੰ ਦਿੱਤਾ ਤੇ ਮਤਲਬ ਕਿ ਇਹ ਦੇਖੋ ਇੱਕ ਆਕਸੀਜਨ ਕਨਸੈਂਟਰੇਟਰ ਨੇ ਤਿੰਨ ਜ਼ਿੰਦਗੀਆਂ ਬਚਾਈਆਂ ਨੇ ਤੇ ਅਜੇ ਹੋਰ ਪਤਾ ਨਹੀਂ ਕਿੰਨੀਆਂ ਕੁ ਬਚਾ ਕੇ ਬਚਾਉਣੀਆਂ ਇਹ ਇਸੇ ਤਰ੍ਹਾਂ ਕਰਕੇ ਇਹ ਆਕਸੀਜਨ ਕਨਸੈਂਟਰੇਟਰ ਅੱਜ ਕੱਲ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਬੜਾ ਕੰਮ ਆ ਰਿਹਾ ਪਰ ਇੰਡੀਆ 'ਚ ਮਿਲਦਾ ਨਹੀਂ ਜਿੱਥੇ ਵੀ ਬੜੀ ਕੋਸ਼ਿਸ਼ ਕਰ ਲਈ ਆ ਸੀ ਹਰ ਹੱਦ ਤਰ੍ਹਾਂ ਤਰੀਕੇ ਦੀ ਕੋਸ਼ਿਸ਼ ਕਰ ਲਈਆ ਇੰਡੀਆ 'ਚ ਮਿਲਦਾ ਨਹੀਂ ਚਾਈਨਾ ਤੋਂ ਇمپੋਰਟ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਆਰਡਰ ਪਲੇਸ ਕਰਨ ਲੱਗੇ ਚਾਈਨਾ ਨੇ ਫਲਾਈਟਾਂ ਬੰਦ ਕਰ ਦਿੱਤੀਆਂ ਚਾਈਨਾ ਚੋਂ ਵੀ ਆਉਂਦਾ ਫਿਰ ਉਸ ਤੋਂ ਮਗਰੋਂ ਮੈਂ ਕਈ ਆਪਣੇ ਦੋਸਤਾਂ ਨੂੰ ਸਿੰਗਾਪੁਰ ਕੰਟ੍ਰੈਕਟ ਕੀਤਾ ਬੈਂਕੋਕ ਕੰਟ੍ਰੈਕਟ ਕੀਤਾ ਤੇ ਇਹ ਬਹੁਤ ਹੀ ਮੁਸ਼ਕਲ ਹੋਇਆ ਪਿਆ ਇਸ ਟਾਈਮ ਆਕਸੀਜਨਲ ਕੰਸਨਟ੍ਰੇਟਰਸ ਦਾ ਮਿਲਣਾ 200 ਆਕਸੀਜਨਲ ਕੰਸਨਟ੍ਰੇਟਰ ਇਹ ਖਾਲਸਾ ਏਡ ਨੇ ਅਰੇਂਜ ਕੀਤੇ ਆ ਜੋ ਕਿ ਰਵੀ ਸਿੰਘ ਜੀ ਉਥੋਂ ਵੇਚ ਰਹੇ ਆ ਇੰਗਲੈਂਡ ਤੋਂ ਸੰਡੇ ਸਵੇਰੇ ਇਹ ਫਲਾਈਟ ਇੱਥੇ ਲੈਂਡ ਕਰਨੀ ਆ ਤੇ ਇਹ ਪਹੁੰਚਣੇ ਆ ਬਾਰੋ 200 ਕੁਆਂਟੀਟੀ ਬਹੁਤ ਹੀ ਘੱਟ ਆ ਇੱਥੇ ਜ਼ਰੂਰਤ ਬਹੁਤ ਜ਼ਿਆਦਾ ਤਾਂ ਮੇਰੀ ਇਹ ਬੇਨਤੀ ਆ ਖਾਸ ਕਰਕੇ ਅਮਰੀਕਾ ਦੇ ਸੰਗਠਨ ਅਮਰੀਕਾ ਦੇ ਵਿੱਚ ਦੇਖੋ ਜਦੋਂ ਬ੍ਰਾਹਲ ਹੋਇਆ ਸੀ ਤਾਂ ਉਦੋਂ ਅਮਰੀਕਾ ਵਿੱਚ ਬਹੁਤ ਲੋਕਾਂ ਨੇ ਆਕਸੀਜਨ ਕੰਸੈਂਟਰੇਟਰ ਖਰੀਦੇ ਸੀ ਤੇ ਉਹ ਆਕਸੀਜਨ ਕੰਸੈਂਟਰੇਟਰ ਉਹਨਾਂ ਕੋਲੇ ਪਏ ਆ ਤੇ ਉਹਨਾਂ ਦੇ ਅੱਜ ਕੱਲ ਕਿਸੇ ਕੰਮ ਦੇ ਨਹੀਂ ਹਾਂ ਤੇ ਉਹਨਾਂ ਨੇ ਉਹਨਾਂ ਦੇ ਘਰਾਂ ਵਿੱਚ ਰੱਖੇ ਹੋਏ ਆ ਅਸੀਂ Amazon ਦੇ ਉੱਤੇ ਪਾ ਕੇ ਦੇਖਿਆ ਜਦੋਂ ਅਮਰੀਕਾ ਦਾ ਕੋਟ ਪਾਉਂਦੇ ਆ ਤਾਂ ਉਹ ਆਕਸੀਜਨ ਕਨਸੈਂਟਰੇਟਰ ਅਵੇਲੇਬਲ ਹੋ ਜਾਂਦਾ ਉਹ ਮਿਲ ਜਾਂਦੇ ਆ ਨਵੇਂ ਤਾਂ ਘੱਟੇ ਪਰ ਸੈਕੰਡ ਹੈਂਡ ਬਹੁਤ ਮਿਲ ਜਾਂਦੇ ਆ ਤੇ ਜਦੋਂ ਇੰਡੀਆ ਦਾ ਅਸੀਂ ਕੋਟ ਪਾਉਂਦੇ ਆ ਕਿ ਇੰਡੀਆ ਡਿਲੀਵਰੀ ਤਾਂ ਉਹ ਉਸੇ ਟਾਈਮ ਨਾਉਨ ਅਵੇਲੇਬਲ ਆ ਜਾਂਦਾ ਇੰਡੀਆ ਉਹ ਡਿਲੀਵਰ ਕਰਨ ਨੂੰ ਤਿਆਰ ਨਹੀਂ ਹਨ ਨਹੀਂ ਦੇ ਰਹੇ ਤੋਂ ਇਸ ਕਰਕੇ ਅਮਰੀਕਾ ਦੇ ਵਿੱਚ ਜਿੰਨੀ ਸੰਗਤ ਹੈ ਉਹਨਾਂ ਸਾਰਿਆਂ ਨੂੰ ਮੇਰੀ ਇਹ ਬੇਨਤੀ ਆ ਕਿ ਅਮਰੀਕਾ ਦੇ ਵਿੱਚ ਤੁਸੀਂ ਇਹ ਆਕਸੀਜਨ ਕਨਸੈਂਟਰੇਟਰ ਲਾਓ ਤੇ ਇਹਨੂੰ ਲੈ ਕੇ ਚਾਹੇ ਸੈਕੰਡ ਹੈਂਡ ਹੀ ਮਿਲ ਜੇ ਕਿਉਂਕਿ ਜਿਹੜਾ ਅਮਰੀਕਾ ਦੇ ਵਿੱਚ ਜੋ ਕੁਆਲਿਟੀ ਦੇ ਨੇ ਉਹ ਸੈਕੰਡ ਹੈਂਡ ਇੱਥੇ ਇੰਡੀਆ ਜੋ ਨਵਾਂ ਮਿਲਦਾ ਉਹਦੇ ਨਾਲੋਂ ਵੀ ਵਧੀਆ ਹੋਏਗਾ ਇਹ 10 ਲੀਟਰ ਦਾ ਮਿਲ ਜੇ ਤਾਂ ਬਹੁਤ ਵਧੀਆ ਨਹੀਂ ਤਾਂ 7 ਲੀਟਰ ਦੇ ਵੀ ਕਾਫੀ ਮਿਲਦੇ ਆ ਉੱਥੇ ਅਮਰੀਕਾ ਮੈਂ ਦੇਖਿਆ 7 ਲੀਟਰ ਦੇ ਕਾਫੀ ਨੇ ਉਹ ਵੀ ਬੜਾ ਅੱਛਾ ਦੇਖੋ ਕੰਮ ਦਾ 5 ਲੀਟਰ ਨਾਲ ਵੀ ਚੱਲ ਜਾਂਦਾ ਪਰ ਜੋ 7 ਲੀਟਰ ਤੇ 10 ਲੀਟਰ ਦਾ ਉਹ ਉਹ ਜ਼ਿਆਦਾ ਵਧੀਆ ਹੈ ਅੱਛਾ ਹੈ ਤੇ ਮੇਰੀ ਸਾਰੀ ਅਮਰੀਕਾ ਦੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਆਪਣੇ ਸ਼ਹਿਰ ਦੇ ਵਿੱਚ ਤੁਸੀਂ ਇਹਦਾ ਪਤਾ ਕਰੋ ਜੇ ਤੁਹਾਡੇ ਉੱਥੇ ਕਿਸੇ ਕੋਲੇ ਸੈਕੰਡ ਹੈਂਡ ਆਕਸੀਜਨ ਕਨਸੈਂਟਰੇਟਰ ਲੋਕਾਂ ਦੇ ਘਰਾਂ ਚ ਪਏ ਨੇ ਉਹਨਾਂ ਨੂੰ ਤੁਸੀਂ ਕਹੋ ਕਿ ਇਹ ਹੁਣ ਜ਼ਰੂਰਤ ਆ ਇਹ ਹਿਊਮਨ ਲਾਈਫ ਨੂੰ ਸੇਵ ਕਰਨ ਵਾਸਤੇ ਇਹਦੀ ਲੋੜ ਆ ਤੇ ਤੁਸੀਂ ਇਹ ਵੇਚਣਾ ਚਾਹੁੰਦੇ ਹੋ ਤੇ ਮੇਰੀ ਤੁਹਾਨੂੰ ਇਹ ਸਾਰਿਆਂ ਨੂੰ ਬੇਨਤੀ ਆ ਇਹ ਕਿ ਪੂਰਾ ਜੋੜ ਲਾਓ ਜਿੰਨੇ ਕ ਆਕਸੀਜਨ ਕਨਸਨਟ੍ਰੇਟਰ ਉਥੋਂ ਅਰੇਂਜ ਕਰ ਸਕਦੇ ਆ ਉਹਨਾਂ ਨੂੰ ਕਰਕੇ ਭੇਜੋ ਤਾਂ ਇਹ ਇੱਥੇ ਖਾਲਸਾ ਏਡ ਨੂੰ ਭੇਜ ਦਿੱਤੇ ਜਾਣ ਖਾਲਸਾ ਏਡ ਦਾ ਐਡਰੈਸ ਡਾਇਰੈਕਟ ਇੰਡੀਆ ਦਾ ਮੈਂ ਤੁਹਾਡੇ ਨਾਲ ਮੈਂ ਇਹ ਤੋਂ ਪਹਿਲਾਂ ਇੱਕ ਪੋਸਟ ਵਿੱਚ ਪਾ ਚੁੱਕਿਆ ਹਾਂ ਮੈਂ ਉਹਦੇ ਬਾਅਦ ਫੇਰ ਪਾ ਰਿਹਾ ਇਹ ਤੁਹਾਨੂੰ ਉਸ ਦੇ ਉੱਤੇ ਤੁਸੀਂ ਸਿੱਧਾ ਕੋਰੀਅਰ ਖਾਲਸਾ ਏਡ ਇੰਡੀਆ ਨੂੰ ਤੁਸੀਂ ਕਰ ਸਕਦੇ ਹੋ ਤੇ ਇਹ ਇੱਥੇ ਕੰਮ ਹੋਣਗੇ ਇੱਥੇ ਆਉਣਗੇ ਵੈਗਰੂ ਨਾ ਕਰੇ ਕਿ ਕੱਲ ਨੂੰ ਪੰਜਾਬ ਵਿੱਚ ਲੋਡ ਨਾ ਪਵੇ ਪਰ ਜੇਕਰ ਪੰਜਾਬ ਚ ਵੀ ਜਰੂਰਤ ਪਈ ਤਾਂ ਖਾਲਸੇ ਨਾਲੋਂ ਆਪਾਂ ਬੇਨਤੀ ਕਰਾਂਗੇ ਤਾਂ ਇਹਨਾਂ ਨੂੰ ਉੱਥੇ ਵੀ ਭੇਜਣਗੇ ਤੇ ਇਹ ਦੇਖੋ ਸਾਹ ਤਾਂ ਬੰਦਾ ਰੋਕ ਨਹੀਂ ਸਕਦਾ ਤੇ ਇਸ ਕਰਕੇ ਇਹ ਬੜੀ ਐਮਰਜੈਂਸੀ ਵਾਲੀ ਸਿਚੁਏਸ਼ਨ ਹੈ ਤੇ ਇਸ ਦੇ ਵਿੱਚ ਮੈਨੂੰ ਕਈਆਂ ਕਈ ਲੋਕਾਂ ਨੇ ਅਮਰੀਕਾ ਲੈਨੇ ਵੀ ਕਿਹਾ ਕਿ ਦੱਸੋ ਅਸੀਂ ਕੀ ਕਰ ਸਕਦੇ ਹਾਂ ਕੀ ਪੈਸਾ ਭੇਜਣਾ ਤਾਂ ਇਸ ਟਾਈਮ ਕਿਉਂਕਿ ਅਸੇ ਅਵੇਲੇਬਲ ਪੈਸਾ ਕੀ ਕਰੇਗਾ ਪੈਸਾ ਤੇਥੋਂ ਵੀ ਚੁੱਕੀ ਫਿਰਦੇ ਆ ਇਹ ਮਿਲਦਾ ਹੀ ਨਹੀਂ ਹੈ ਨਹੀਂ ਅਵੇਲੇਬਲ ਹੀ ਨਹੀਂ ਹੈ ਤਾਂ ਇਸ ਕਰਕੇ ਆਪਣੇ ਆਪਣੇ ਜਗ੍ਹਾ ਤੋਂ ਆਕਸੀਜਨ ਕਨਸੈਂਟਰੇਟਰ ਤੁਸੀਂ ਲਓ ਅਰੇਂਜ ਕਰੋ Amazon ਤੇ ਪਾਓ ਜਿੱਥੇ Amazon ਤੇ ਮਿਲਦੇ ਆ ਨਹੀਂ ਤਾਂ ਆਪਣੇ ਲੋਕਲ ਸਰਕਲ ਦੇ ਵਿੱਚ ਇਹ ਤੁਸੀਂ ਸਪਰੈਡ ਕਰੋ ਨਿਊਜ਼ ਕਿ ਸਾਨੂੰ ਇੰਡੀਆ ਭੇਜਣ ਵਾਸਤੇ ਆਕਸੀਜਨ ਕਨਸੈਂਟਰੇਟਰ ਚਾਹੀਦੇ ਨੇ ਤੇ ਉਹਨਾਂ ਨੂੰ ਲੈ ਕੇ ਉਥੋਂ ਬਾਏ ਕੋਰੀਅਰ ਬਾਏ 에ਅਰ ਕੋਰੀਅਰ ਨਹੀਂ ਉਹਨਾਂ ਨੂੰ ਤੁਸੀਂ ਭਜਵਾ ਦਿਓ ਇਹ ਜਰੂਰੀ ਨਹੀਂ ਕਿ ਤੁਸੀਂ ਇਕੱਠੇ ਕਰਕੇ 100 200 ਦੀ ਕਨਸਾਈਨਮੈਂਟ 100 200 ਦੀ ਕਨਸਾਈਨਮੈਂਟ ਸਮਾਂ ਜਿਆਦਾ ਟਾਈਮ ਲੱਗ ਜਾਂਦਾ ਉਹਨੂੰ ਜਿਆਦਾ ਦੇਰ ਲੱਗ ਜਾਂਦੀ ਹੈ ਤੇ ਜਿਹੜੀ ਇੱਕ ਇੱਕ ਕਰਕੇ ਤੁਸੀਂ ਉੱਥੋਂ ਭੇਜੀ ਜਾਓਗੇ ਤਾਂ ਉਹਦੇ ਨਾਲ ਉਹ ਜਲਦੀ ਪਹੁੰਚ ਪਹੁੰਚ ਜਾਂਦੇ ਆ ਤੇ ਉਹ ਇਹ ਜਿਹੜਾ ਐਡਰੈਸ ਉਹ ਖਾਲਸਾ ਏਡ ਦਾ ਉੱਥੇ ਭੇਜੋਗੇ ਤੇ ਖਾਲਸਾ ਏਡ ਬਾਕੀ ਹੋਰ ਸੰਸਾ ਵੀ ਬਹੁਤ ਵਧੀਆ ਕੰਮ ਕਰ ਰਹੇ ਆ ਪਰ ਇਹ ਖਾਲਸਾ ਏਡ ਦਾ ਬੜਾ ਵੈਲ ਆਰਗੇਨਾਈਜ਼ਡ ਆ ਉਹਨਾਂ ਦਾ ਅਮਰ ਪ੍ਰੀ ਜੋਇਸ ਇੱਥੇ ਦਾ ਡਾਇਰੈਕਟਰ ਆ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਉੱਥੇ ਉਹਨਾਂ ਨੂੰ ਤੁਸੀਂ ਭੇਜੀ ਜਾਓ ਤੇ ਇੱਥੇ ਤਾਂ ਕਿ ਅਸੀਂ ਜੇ ਜਿੰਨੀਆਂ ਵੀ ਅਸੀਂ ਜੇ ਹਿਊਮਨ ਲਾਈਫਸ ਏਜ ਇਨਸਾਨ ਜਿੰਨੀਆਂ ਜ਼ਿੰਦਗੀਆਂ ਸੀ ਜਿੰਨੀਆਂ ਕਬਚਾ ਸਕੀਏ ਤੋਂ ਉੱਥੇ ਲਈ ਕੰਮ ਕਰੀਏ ਮੇਰੀ ਬੇਨਤੀ ਹੈ ਅਮਰੀਕਾ ਵਾਲਿਆਂ ਨੂੰ ਤੁਸੀਂ ਆਪਣੇ ਗੁਰਦੁਆਰਿਆਂ 'ਚ ਵੀ ਇਹ ਅਪੀਲ ਕਰੋ ਗੁਰਦੁਆਰਿਆਂ 'ਚ ਵੀ ਸੰਗਤ ਨੂੰ ਕਹੋ ਚਾਹੇ ਗੁਰਦੁਆਰੇ ਇਹ ਮਹਿੰਮ ਚਲਾ ਕੇ ਇਹਨਾਂ ਨੂੰ ਅਰੇਂਜ ਕਰਨ ਜੇ ਤੁਹਾਡੇ ਆਪਣੇ ਸੋਰਸਸ ਨਹੀਂ ਤਾਂ ਉਹ ਆਪਣੇ ਸੋਰਸਸ ਦੇ ਰਾਹੀਂ ਤੁਸੀਂ ਕਰਕੇ ਇੱਥੇ ਜੇ ਤੁਸੀਂ ਕਿਸੇ ਹੋਰ ਸੰਸਥਾ ਨੂੰ ਭੇਜਣਾ ਚਾਹੁੰਦੇ ਹੋ ਉਹਨਾਂ ਨੂੰ ਭੇਜ ਦਿਓ ਜੇ ਤੁਹਾਡੇ ਕੋਈ ਆਪਣੇ ਕੋਈ ਲਿੰਕ ਆ ਉੱਥੇ ਉਹਨਾਂ ਨੂੰ ਭੇਜ ਦਿਓ ਜੇ ਪਰ ਬਲਕਿ ਗੱਲ ਹੈ ਇਹ ਇੱਥੇ ਪਹੁੰਚਣਾ ਚਾਹੀਦਾ ਅੱਜ ਕੱਲ ਜ਼ਰੂਰਤ ਸਭ ਤੋਂ ਜ਼ਿਆਦਾ ਦਿੱਲੀ ਆ ਤੇ ਦਿੱਲੀ ਪਹੁੰਚਣਾ ਚਾਹੀਦਾ ਹੈ ਤੇ ਜੇ ਤੁਹਾਡੇ ਆਪਣੇ ਕੋਈ ਸੋਰਸ ਆਪਣੇ ਲਿੰਕ ਆਪਣੇ ਸੰਸਥਾ ਨਹੀਂ ਹੈ ਤਾਂ ਖਾਲਸਾ ਏਡ ਵਾਲੇ ਕੰਮ ਕਰ ਰਿਹਾ ਤਾਂ ਖਾਲਸਾ ਏਡ ਨੂੰ ਭੇਜੋ ਵੀ ਤੁਹਾਨੂੰ ਸਾਰਿਆਂ ਨੂੰ ਇਹ ਬਾਤ ਜੋੜ ਕੇ ਬਿੰਦੀ ਆ ਕਿ ਇਸ ਟਾਈਮ ਇਹ ਗੁਰੂ ਦੀ ਸੇਵਾ ਕਿਸੇ ਦੀ ਜ਼ਿੰਦਗੀ ਬਚਾਉਣਾ ਉਹ ਵੀ ਕੋਈ ਆਕਸੀਜਨ ਕਰਕੇ ਉਹ ਜ਼ਿੰਦਗੀ ਜਾਵੇ ਕਿ ਅਸੀਂ ਜੇਕਰ ਉਹਦੀ ਥੋੜੀ ਜੀ ਮਦਦ ਕਰ ਸਕੀਏ ਤਾਂ ਮੇਰਾ ਖਿਆਲ ਆ ਇਹ ਗੁਰੂ ਦੀ ਸੇਵਾ ਇਹ ਗੁਰੂ ਦੀ ਸੇਵਾ ਸਮਝ ਕੇ ਸਾਰੀ ਸੰਗਤ ਹੁਣ ਇਸ ਟਾਈਮ ਇਹ ਕੰਮ ਕਰੀਏ ਅਮਰੀਕਾ ਵਾਲਿਆਂ ਤੋਂ ਖਾਸ ਕਰਕੇ ਮੇਰੀ ਇਹ ਬੇਨਤੀ ਆ ਕਿਉਂਕਿ ਅਮਰੀਕਾ ਵਿੱਚ ਵੀ ਇੱਕ ਵੇ ਵਧੀ ਸੀ ਜਦੋਂ ਵਧੀ ਸੀ ਉਦੋਂ ਲੋਕਾਂ ਨੇ ਆਕਸੀਜਨ ਕਨਸੈਂਟਰੇਟਰ ਲੈ ਕੇ ਰੱਖੇ ਸੀ ਤੇ ਕਈਆਂ ਲੋਕਾਂ ਦੇ ਇਹ ਘਰੇ ਪਏ ਹੋਣੇ ਆ ਮੇਰੀ ਤੁਹਾਨੂੰ ਬੇਨਤੀ ਆ ਕਿ ਤੁਸੀਂ ਲੈ ਕੇ ਜਦੋਂ ਭੇਜੋਗੇ ਤਾਂ ਤੁਸੀਂ ਮੇਰੀ ਫੇਸਬੁੱਕ ਦੇ ਕਮੈਂਟ ਸੈਕਸ਼ਨ ਵਿੱਚ ਪਾ ਦੇਣਾ ਕਿ ਤੁਸੀਂ ਏ ਆਕਸੀਜਨ ਕਨਸੈਂਟਰੇਟਰ ਭੇਜੇ ਆ ਮੈਂ ਖਾਲਸਾ ਐਡਵਰਨ ਦੀ ਟੀਮ ਨਾਲ ਕੋਆਰਡੀਨੇਟ ਕਰਾਂਗਾ ਉਹਨੂੰ ਇਹ ਗੱਲ ਕਨਵੇ ਵੀ ਕਰ ਦੂੰਗਾ ਜੇ ਤੁਸੀਂ ਸ਼ਿਪਮੈਂਟ ਦਾ ਡਿਟੇਲ ਵੀ ਵਿੱਚ ਪਾ ਦਿਓਗੇ ਤਾਂ ਡਿਟੇਲ ਲੈ ਕੇ ਅਸੀਂ ਸ਼ਿਪਮੈਂਟ ਨੂੰ ਟਰੈਕ ਵੀ ਕਰਾਂਗੇ ਕਿ ਕਿੱਥੇ ਪਹੁੰਚ ਰਹੀ ਹੈ ਇਸ ਤਰ੍ਹਾਂ ਪਹੁੰਚ ਰਹੀ ਹੈ ਤੇ ਉਹ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਪਲੀਜ਼ ਇਹ ਕੰਮ ਕਰੋ ਇਹ ਸੇਵਾ ਕਰੋ ਇਹ ਗੁਰੂ ਦੀ ਸੇਵਾ ਇਨਸਾਨੀਅਤ ਨੂੰ ਬਚਾਉਣ ਦੀ ਸੇਵਾ ਇਨਸਾਨੀਅਤ ਦੀ ਸਹੀ ਅਜੇ ਚ ਸੇਵਾ ਹੈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਮੈਂ ਫਿਰ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਆਪਾਂ ਵੱਧ ਚੜ ਕੇ ਇਸ ਮਹਿੰਮ ਦੇ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਵਿੱਚ ਵੱਧ ਚੜ ਕੇ ਆਪਾਂ ਹਿੱਸਾ ਪਾਈ ਹੈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੈਰੂ ਜੀ ਦਾ ਖਾਲਸਾ 5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ